ਸਬਸਕ੍ਰਾਈਬ ਕਰੋ ਖਦਰਾ ਐਲਐਸਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਆਰਮੀ ਅਤੇ ਬੀਐਸਐਫ ਦੇ ਵਿੱਚ ਕੀ ਫਰਕ ਹੈ ਬੀਐਸਐਫ ਦੀ ਕੀ ਫੁੱਲ ਫਾਰਮ ਹੈ ਤੇ ਇਹਨਾਂ ਦੇ ਵਿੱਚ ਕੀ ਕੀ ਫਰਕ ਹੁੰਦਾ ਹੈ ਛੋਟੀ ਜੀ ਵੀਡੀਓ ਜਰੂਰ ਦੇਖੋ ਜਿਹੜੀ ਆਰਮੀ ਹੈ ਇਹ ਆਰਮੀ ਭਾਰਤੀ ਥਲ ਸੈਨਾ ਬਾਈਓ ਸੈਨਾ ਅਤੇ ਜਲ ਸੈਨਾ ਵਿੱਚ ਆਉਂਦੀ ਹੈ ਤੇ ਇਹ ਰੱਖਿਆ ਮੰਤਰਾਲੇ ਦੇ ਅਧੀਨ ਆਉਂਦੀ ਹੈ ਥਲ ਸੈਨਾ, ਬਾਇਉ ਸੈਨਾ ਤੇ ਜਲ ਸੈਨਾ ਇਹ ਤਿੰਨੇ ਇਹਦੇ ਵਿੱਚ ਆਉਂਦੀਆਂ ਤੇ ਇਹ ਰੱਖਿਆ ਮੰਤਰਾਲੇ ਦੇ ਅਧੀਨ ਆਉਂਦੀ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਬੀਐਸਐਫ ਦੀ ਹੁਣ ਗੱਲ ਕਰਦੇ ਹਾਂ ਜੀ ਬੀਐਸਐਫ ਦੀ ਬੀਐਸਐਫ ਦੀ ਫੁੱਲ ਫਾਰਮ ਹੈ ਬਾਰਡਰ ਸਕਿਉਰਿਟੀ ਫੋਰਸ ਇਹ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ ਜਿਹੜੀ ਆਰਮੀ ਹੈ ਉਹ ਰੱਖਿਆ ਮੰਤਰਾਲੇ ਦੇ ਅਧੀਨ ਆਉਂਦੀ ਹੈ ਬੀਐਸਐਫ ਦੀ ਜਿਹੜੀ ਸਥਾਪਨਾ ਏ 1965 ਚ ਜੋ ਇੰਡੀਆ ਪਾਕਿਸਤਾਨ ਦੀ ਬਾਰ ਹੋਈ ਸੀ ਉਸ ਤੋਂ ਬਾਅਦ ਬੀਐਸਐਫ ਦੀ ਸਥਾਪਨਾ ਕੀਤੀ ਗਈ ਸੀ 1965 ਚ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰੋ ਤੇ ਜੇਕਰ ਤੁਸੀਂ ਚਾਹੁੰਦੇ ਹੋ ਅਸੀਂ ਕਿਸ ਟੌਪਿਕ ਤੇ ਵੀਡੀਓ ਪਾਈ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਹਾਲੇ ਤੱਕ ਤਾਂ ਜਰੂਰ ਕਰੋ ਜੀ ਜੇਕਰ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਚੈੱਕ ਕਰੋ ਬਹੁਤ ਵਧੀਆ ਤੁਹਾਨੂੰ ਵੀਡੀਓਜ਼ ਮਿਲਣਗੀਆਂ ਧੰਨਵਾਦ ਜੀ